ਪੰਜਾਬ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਐਸ ਐਸ਼ੋਕ ਪਰਬਲੋਂ ਸੈਕਰਾਮੈਂਟੋ ਸਟੂਡੀਓ ਤੋਂ ਨਿਗਾ ਸਵਾਗਤ ਹੈ ਕੈਨੇਡਾ ਕਿ ਪੰਜਾਬੀ ਦੁਨੀਆ ਚ ਜਿੱਥੇ ਵੀ ਗਏ ਨੇ ਆਪਣੀ ਪਛਾਣ ਵੀ ਨਾਲ ਲੈ ਕੇ ਗਏ ਨੇ ਤੇ ਆਪਣਾ ਉਹ ਕੁਝ ਵੀ ਨਾਲ ਲੈ ਕੇ ਗਏ ਨੇ ਜਿਸ ਦੇ ਨਾਲ ਪੰਜਾਬੀ ਬੋਲੀ ਪੰਜਾਬੀ ਜਬਾਨ ਤੇ ਪੰਜਾਬੀਅਤ ਜਿਉਂਦੀ ਰਹਿ ਸਕਦੀ ਹੈ ਇਸੇ ਕਰਕੇ ਮੀਡੀਏ ਦੀ ਜਦੋਂ ਗੱਲ ਦੁਰਦੀ ਹੈ ਤੇ ਅਮਰੀਕਾ ਤੇ ਅਮਰੀਕਾ ਦੀ ਸਟੇਟ ਕੈਲੀਫੋਰਨੀਆ ਕੈਲੀਫੋਰਨੀਆ ਚ ਬਹੁ ਗਿਣਤੀ ਚ ਵਸਦੇ ਪੰਜਾਬੀ ਤੇ ਉਹਨਾਂ ਦੇ ਨੇੜੇ ਤੇ ਕਰੀਬ ਬਹੁਤ ਸਾਰੀਆਂ ਐਸੀਆਂ ਅਖਬਾਰਾਂ ਜਿਹੜੀਆਂ ਪੰਜਾਬੀਆਂ ਨੇ ਬੜੇ ਚਾਰ ਨਾਲ ਚਲਾਈਆਂ ਵੀ ਨੇ ਔਰ ਪੰਜਾਬੀਆਂ ਨੇ ਇਹਨਾਂ ਅਖਬਾਰਾਂ ذریعے ਪੰਜਾਬੀਅਤ ਨੂੰ ਜਿਉਂਦਾ ਰੱਖਣ ਲਈ ਪੰਜਾਬੀ ਗੀਤ ਸੰਗੀਤ ਨੂੰ ਸਭਿਆਚਾਰ ਨੂੰ ਅਮਰ ਰੱਖਣ ਲਈ ਬੜੇ ਯਤਨ ਕੀਤੇ ਨੇ ਅਜਿਹੀ ਇੱਕ ਅਖਬਾਰ ਪਿਛਲੇ 3 ਸਾਲਾਂ ਤੋਂ ਸਾਂਝੀ ਸੋਚ ਦੇ ਨਾਂ ਹਿਤ ਪੰਜਾਬੀਆਂ ਚ ਕਾਫੀ ਚੰਗੀ ਥਾਂ ਰੱਖਦੀ ਹੈ ਜਿਸਦੇ ਸੰਪਾਦਕ ਬੂਟਾ ਬਾਸੀ ਨੇ ਔਰ ਇਹ ਅਖਬਾਰ ਆਪਣੀ ਤੀਜੀ ਬਰੇਗੰਡ 30 ਜਨਵਰੀ ਨੂੰ ਦਿਨ ਸ਼ਨੀਵਾਰ ਸੰਸਾਰ ਰੈਸਟੋਰੈਂਟ ਟ੍ਰੇਸੀ ਚ ਮਨਾ ਰਹੀ ਹੈ ਅੱਜ ਅਸੀਂ ਇਸ ਮੀਡੀਏ ਦੇ ਸਫਰ ਬਾਰੇ ਗੱਲ ਕਰਾਂਗੇ ਇਸ ਦੇ ਸੰਪਾਦਕ ਬੂਟਾ ਬਾਸੀ ਜੀ ਹੋਰਾਂ ਨਾਲ ਬੂਟਾ ਜੀ ਤੁਹਾਡਾ ਸਾਡੇ ਗਲੋਬਲ ਪੰਜਾਬ ਸਟੂਡੀਓ ਤੇ ਨਿਗਾਹ ਸਵਾਗਤ ਹੈ ਹੋਰਾਂ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਂਡ ਗਲੋਬਲ ਪੰਜਾਬ ਵੇਖਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਭ ਤੋਂ ਖਾਸ ਕਰ ਲਈ ਹੈ ਕਿ ਚੰਗਾ ਹੀ ਗੱਲ ਮੈਨੂੰ ਇਹ ਲੱਗ ਰਹੀ ਹੈ ਕਿ ਮੈਂ মিডিਏ ਚ ਕਾਫੀ ਸਰਗਰਮ ਰਿਆਂ ਤੇ ਅੱਜ মিডিਏ ਦੇ ਪ੍ਰਮੁੱਖ ਨਾਲ ਗੱਲ ਕਰਨੀ ਪੈ ਰਹੀ ਹੈ ਕਿਉਂਕਿ ਮੈਂ ਤਾਂ ਸੰਪਾਦਕ ਬਣਿਆ ਨਹੀਂ ਤੁਸੀਂ ਸੰਪਾਦਕੋਂ ਤੁਸੀਂ ਸਾਂਝੀ ਸੋਚ ਦੇ ਬਾਰੇ ਚ ਜਿਹੜੀ ਖ਼ਬਰ ਕਾਫੀ ਅੱਛੀ ਥਾਂ ਰੱਖਦੀ ਹੈ ਪਹਿਲਾਂ ਆਪਣੇ ਸ਼ਬਦਾਂ ਚ ਕੀ ਕਹੋਗੇ ਭਾਨਾ ਸਾਹਿਬ ਥੈਂਕ ਯੂ ਤੁਸੀਂ ਮਾਨ ਦਿੱਤਾ ਪਹਿਲੀ ਗੱਲ ਦੂਜੀ ਗੱਲ ਤੁਹਾਡੀ ਗੱਲ ਦਾ ਜਵਾਬ ਤੁਸੀਂ ਸੰਪਾਦਕ ਬਣੇ ਪਰ ਤੁਸੀਂ ਸੰਪਾਦਕ ਬਣਾਏ ਆ ਬਹੁਤ ਸਾਰੇ ਸੋ ਥੈਂਕ ਯੂ ਬਹੁਤ ਅਰੇ ਉੱਪਰੋਂ ਸਾਡੇ ਤੋਂ ਤੇ ਜੇ ਮੈਂ ਅਖਬਾਰ ਦੀ ਗੱਲ ਕਰਾਂ ਆਪਣੇ ਆਪਣੇ ਲੈਵਲ ਦੇ ਅਖਬਾਰ ਉਹ ਹੁੰਦੀ ਆ ਜੋ ਲੋਕਾਂ ਨੂੰ ਸੱਚ ਦੱਸੇ ਕਮਿਊਨਿਟੀ ਦੇ ਵਿੱਚ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਦੇਵੇ ਚੰਗੂਰੇ ਕੰਮ ਜਿਹੜੇ ਹੋ ਰਹੇ ਉਹਨਾਂ ਤੋਂ ਸੁਚੇਤ ਕਰੇ ਚੰਗੇ ਕੰਮਾਂ ਦੇ ਨਾਲ ਜੁੜੇ ਸੋ ਮੇਰੀ ਕੋਸ਼ਿਸ਼ ਆ ਉਹ ਕੁਝ ਕਰਨ ਦੀ ਮੈਂ ਟਰਾਈ ਕਰਦਾ ਵੀ ਉਹ ਕੰਮ ਬਤਵਾਰ ਕੀਤੇ ਜਾਵੇ ਉਹਦਾ ਜੀ ਪਹਿਲਾਂ ਤੇ ਮੈਂ ਸਾਂਝੀ ਸੋਚ ਕਾਮਨ ਥਿੰਕਿੰਗ ਬੜਾ ਨਾਂ ਬੜਾ ਵਧੀਆ ਕੀ ਸੋਚ ਕੇ ਤੁਸੀਂ ਅਖਬਾਰ ਚਲਾਈ ਤੇ ਕਿਉਂਕਿ ਮੈਂ ਸਮਝਦਾ ਹੀ ਪੇ ਕਾਫੀ ਅਖਬਾਰਾਂ ਪਹਿਲਾਂ ਤੋਂ ਸ਼ਾਬੀ ਰਹੀਆਂ ਸੀਗੀਆਂ ਪਰ ਤੁਸੀਂ ਇਸ 3 ਸਾਲਾਂ ਦੇ ਸਫਰ ਚ ਆਪਣੀ ਅਖਬਾਰ ਦੀ ਚੰਗੀ ਪਛਾਣ ਬਣਾ ਗਏ ਹੋ ਕੀ ਤੁਹਾਡਾ ਉਹ ਸੀਗਾ ਕਿ ਜੋ ਤੁਸੀਂ ਸੋਚ ਕੇ ਸ਼ੁਰੂ ਕੀਤਾ ਸੀ ਉਹ ਭਾਗ ਲੱਗ ਰਹੇ ਨੇ ਅਖਬਾਰ ਨੂੰ ਮੇਰੀ ਸੋਚ ਤੋਂ ਕਾਫੀ ਵਧੀਆ ਰਿਜ਼ਲਟ ਆ ਰਹੇ ਨੇ ਜਦੋਂ ਮੈਂ ਓਨੈਸਟਲੀ ਦੱਸਣ ਲੱਗਾ ਜਦੋਂ ਮੈਂ ਖ਼ਬਰ ਸ਼ੁਰੂ ਕਰਨ ਦਾ ਮਨ ਬਣਾਇਆ ਮੈਨੂੰ ਇਨਕਰੇਜਮੈਂਟ ਘੱਟ ਮਿਲੀ ਤੇ ਡਿਸਕਰੇਜਮੈਂਟ ਜ਼ਿਆਦਾ ਮਿਲੀ ਅੱਛਾ ਕੋਈ ਕਹਿੰਦਾ ਸੀ ਇਹ ਮਹੀਨਾ ਚੱਲਣੀ ਆ ਲੋਕਾਂ ਨੇ ਕਿਸ ਨੇ ਕਿਹਾ ਵੀ ਇਹ ਦੂਜਾ ਇਸ਼ੂ ਹੋਣਾ ਨਹੀਂ ਹੈ ਹਾਂ ਕਈ ਵਾਰੀ ਕਈ ਗੱਲਾਂ ਇਹ ਵੀ ਹੋਈਆਂ ਵੀ ਇਹ ਐਡ ਨਹੀਂ ਮਿਲਣੀ ਜੇ ਐਡ ਮਿਲ ਗਈ ਐਡ ਦੇ ਪੈਸੇ ਨਹੀਂ ਆਉਣੇ ਹਾਂ ਸੋ ਤੱਤਪੂਰਨ ਪ੍ਰਮਾਤਮਾ ਦੀ ਕਿਰਪਾ ਨਾਲ 3 ਸਾਲ ਬਹੁਤ ਵਧੀਆ ਰਹੇ ਆ ਮੇਰੀ ਉਮੀਦ ਤੋਂ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਆ ਰਿਹਾ ਹੈ ਬੁੱਟਾ ਜੀ ਇੱਕ ਇਹ ਦਰੂਰ ਗਲਿਆਰ ਕਰਿਓ ਕਿ ਬਾਕੀ ਖ਼ਵਾਰਾਂ ਤੋਂ ਤੁਸੀਂ ਆਪ ਦੀ ਖ਼ਬਰ ਨੂੰ ਜੇ ਭਿੰਨ ਕਹਿਣਾ ਹੋਵੇ ਕੀ ਆ ਕੀ ਡਿਫਰੈਂਸ਼ੀਏਟ ਕਿਵੇਂ ਕਰੋਗੇ ਇਹ ਗੱਲ ਮੈਂ ਕਹਿੰਦਾ ਚੰਗਾ ਨਹੀਂ ਲੱਗਦਾ ਪਰ ਗੱਲ ਇਹ ਆ ਵੀ ਹਰ ਕਿਸੇ ਨੂੰ ਆਪਣੀ ਚੀਜ਼ ਸੋਹਣੀ ਲੱਗਦੀ ਹੈ ਬਿਲਕੁਲ ਸਾਰੇ ਸੰਪਾਦਕ ਜਿਹੜੇ ਅਮੀਨਤ ਕਰਦੇ ਆ ਹਾਂ ਰਾਤਾਂ ਨੂੰ ਜਾਗਦੇ ਆ ਠੀਕ ਆ ਸੋ ਹਰ ਕਿਸੇ ਦੀ ਚੀਜ਼ ਆਪੋ ਆਪਣੇ ਹਿਸਾਬ ਨਾਲ ਉਹਨਾਂ ਦੀ ਨੌਲੇਜ ਦੇ ਹਿਸਾਬ ਨਾਲ ਵਧੀਆ ਆ ਮੈਂ ਜੇ ਆਪਣੇ ਆਪ ਨੂੰ ਤੋਂ ਡਿਫਰੈਂਟ ਕਰਾਂ ਤਾਂ ਮੈਂ ਤਾਂ ਹੀ ਕਰ ਸਕਦਾ ਵੀ ਜੋ ਮੈਂ ਮੈਂ ਕਾਫੀ ਤੁਹਾਨੂੰ ਪਤਾ ਵੀ ਤਿੰਨ ਸਾਲ ਤੋਂ ਕੰਟਰੋਵਰਸ਼ੀਅਲ ਮੈਟਰ ਕਾਫੀ ਛਾਪਿਆ ਉਹਦੇ ਪ੍ਰਾਬਲਮਸ ਵੀ ਆਈਆਂ ਸੋ ਇਸ ਸਰਕੇ ਗਿਨੀਆ ਕੋ ਪ੍ਰਾਬਲਮਸ ਦਾ ਕੰਟਰੋਵਰਸ਼ੀਅਲ ਮੈਟਰ ਮੈਂ ਛਾਪਿਆ ਮਲਾਦਾ ਨਹੀਂ ਕਿਸੇ ਵੀ ਅਖਬਾਰ ਨੇ ਅਮਰੀਕਾ ਦੇ ਵਿੱਚ ਹੁਣ ਤੱਕ ਇਹੋ ਜਿਹਾ ਕੁਝ ਕੀਤਾ ਹੋਏਗਾ ਸੋ ਮੈਂ ਉਹਨਾਂ ਨੂੰ ਥੋੜਾ ਜਿਹਾ ਆਪਣੇ ਨੂੰ ਵੱਖਰਾ ਸਮਝਦਾ ਕਿ ਮੈਂ ਸਾਥ ਲਿਖਣ ਦਾ ਹਿੰਮਤ ਰੱਖਦਾ ਹਾਂ ਅ ਖਰੇ ਇਸ ਗੱਲ ਦੀ ਅਸੀਂ ਫਰੇਜ਼ ਕਰਾਂਗੇ ਕਿ ਕਈ ਵਾਰੀ ਤੁਸੀਂ ਬਹੁਤ ਰਿਸਕ ਵੀ ਲੈਂਦੇ ਹੋ ਇੱਕ ਬੁਟਾ ਜੀ ਅਖਬਾਰ ਦੀ ਤੀਜੀ ਵਰੇ ਗੰਡ ਮਨਾ ਰਹੇ ਹੋ ਇਹ ਤੁਸੀਂ ਕਹੋਗੇ ਕਿ ਐਵਰੀ ਗੰਡਾ ਪਰ ਕਿਉਂਕਿ ਪਹਿਲੀ ਦਰਸ਼ਕਾਂ ਨੇ ਇਹ ਗੱਲ ਕੀਤੀ ਆ ਕਿ 30 ਜਨਵਰੀ ਨੂੰ ਅਖਬਾਰ ਦੀ ਸਾਂਝੀ ਸੋਚ ਦੀ ਤੀਜੀ ਵਰੇਗੰਡਾ ਹੈ ਸ਼ਨੀਵਾਰ ਦਿਨ ਟ੍ਰੈਸੀ ਸੰਸਾਰ ਰੈਸਟੋਰੈਂਟਸ ਇਹ ਕਿਉਂ ਮਨਾ ਰਹੇ ਹੋ ਦਿਨ ਸ਼ਨੀਵਾਰ 30 ਜਨਵਰੀ ਸਾਲ 2016 ਸੰਸਾਰ ਰੈਸਟੋਰੈਂਟ ਦੇ ਵਿੱਚ ਜਿਹੜੀ ਇਹ ਵਰੇਗੰਡਾ ਮਨਾਈ ਜਾ ਰਹੀ ਹੈ ਉਹਦਾ ਕਾਰਨ ਇਹ ਹੈ ਵੀ ਸਾਰਾ ਸਾਲ ਅਸੀਂ ਐਡਵਰਟਾਈਜ਼ਰਸ ਤੋਂ ਪੈਸੇ ਲੈ ਕੇ ਅਖਬਾਰ ਚਲਾਉਂਦੇ ਆ ਜੇ ਸਾਨੂੰ ਐਡਵਰਟਾਈਜ਼ਰ ਨਹੀਂ ਪੈਸਾ ਦੋਗੇ ਤਖ਼ਵਾਰ ਅਸੀਂ ਚਲਾ ਨਹੀਂ ਸਕਦੇ ਪਰ ਇਹ ਤਾਂ ਕੋਈ ਅਖਬਾਰ ਚਲਾ ਨਹੀਂ ਸਕਦਾ ਠੀਕ ਹੈ ਨਾ ਸੋ ਜੇ ਇੱਕ ਦਿਨ ਮੈਂ ਚਾਹਣਾ ਵੀ ਮੇਰੇ ਐਡਵਰਟਾਈਜ਼ਰ ਜਿਹੜੇ ਪੈਸਾ ਲਾਉਂਦੇ ਅਖਬਾਰ ਦੇ ਉੱਪਰ ਉਹ ਸਾਡੇ ਕੋਲ ਆਉਣ ਅਸੀਂ ਉਹਨਾਂ ਦੀ ਆਪਬਾਤ ਕਰੀਏ ਉਸ ਦਿਨ ਉਹਨਾਂ ਦਾ ਦਿਨ ਹੋਵੇ ਸਾਰਾ ਸਾਬ ਮਿਸਾਲ ਉਹ ਸਾਨੂੰ ਪੈਸੇ ਦਿੰਦੇ ਆ ਅਸੀਂ ਉਹਨਾਂ ਨੂੰ ਰੈਕਗਨਾਈਜ਼ ਕਰੀਏ ਉਹਨਾਂ ਦੀ ਐਡਵਰਟਾਈਜ਼ ਕਰੀਏ ਉਹਨਾਂ ਨੂੰ ਮਾਨ ਸਨਮਾਨ ਦਈਏ ਤਾਂ ਕਿ ਜੋ ਸਾਰਾ ਸਾਲ ਉਹ ਸਾਨੂੰ ਪੇ ਕਰਦੇ ਆ ਉਹ ਥੋੜਾ ਕੁਝ ਹਿੱਸਾ ਅਸੀਂ ਉਹਨਾਂ ਨੂੰ ਪੇਬਿਆ ਕਰ ਸਕੀਏ ਉਟਾ ਜੀ ਇੱਕ ਹੋਰ ਗੱਲ ਕਿ ਤੁਸੀਂ ਅਖਬਾਰ ਨੂੰ ਠੀਕ ਹੈ 3 ਸਾਲ ਹੋ ਗਏ ਤੁਹਾਨੂੰ ਸਪான்ਸਰ ਮਿਲ ਗਏ ਤੁਹਾਨੂੰ ਐਡਵਰਟਾਈਜ਼ਰ ਮਿਲ ਗਏ ਅਖਬਾਰ ਨੇ ਥਾਂ ਬਣਾ ਲਈ ਪਰ ਇਸ ਮੁਲਕ ਚ ਆ ਕੇ ਕਿਉਂਕਿ ਲੋਕ ਰਾਜ ਦਾ ਚੌਥਾ ਥੰਮ ਜਿਹੜਾ ਉਹ ਮੀਡੀਆ ਨੂੰ ਕਿਹਾ ਜਾਂਦਾ ਤੁਹਾਡੇ ਕੋਲ ਜਿਹੜੀਆਂ ਅਖਬਾਰਾਂ ਦਾ ਸਪான்ਸਰ ਤਾਂ ਤੁਹਾਨੂੰ ਮਿਲ ਗਏ ਬਾਕੀ ਤੁਹਾਡੇ ਕੀ ਸਾਧਨ ਨੇ ਤੁਹਾਡੀਆਂ ਨਿਊਜ਼ ਏਜੰਸੀਆਂ ਜਾਂ ਹੋਰ ਹੈ ਕਿਵੇਂ ਖਬਰਾਂ ਦਾ ਸਿਸਟਮ ਕਿਵੇਂ ਹੁੰਦਾ ਦੇਖੋ ਖਬਰਾਂ ਉਹ ਪਿਛਲੇ ਸਾਲ ਵੀ ਇਹ ਗੱਲ ਹੋਈ ਸੀ ਜਿਹੜੇ ਲੋਕਲ ਪੱਤਰਕਾਰ ਨੇ ਉਹ ਆਪਣੇ ਬੇਸ ਤੇ ਖਬਰਾਂ ਭੇਜਦੇ ਨੇ ਜਿਸ ਨੂੰ ਤੋਂ ਖਬਰਾਂ ਆ ਜਾਂਦੀਆਂ ਸਾਨੂੰ ਸਾਕਰਾ ਮੰਡਲ ਤੋਂ ਚੱਲੇ ਜਾਂਦੀਆਂ ਮੈਨੂੰ ਨਿਊਯਾਰਕ ਤੋਂ ਖਬਰਾਂ ਆ ਜਾਂਦੀਆਂ ਬੇਸਿਕਲੀ ਮੇਰਾ ਕੋਸ਼ਿਸ਼ ਹੁੰਦੀ ਆ ਕੈਲੀਫੋਰਨੀਆ ਤੱਕ ਸੀਮਤ ਰਹਿਣ ਦੀ ਪਰ ਮੇਰੇ ਕੋਲ ਪੱਤਰਕਾਰ ਸ਼ੈਰਲਤ ਵੀ ਆ ਤੇ ਨਿਊਯਾਰਕ ਵੀ ਆ ਉਹ ਭੇਜਦੇ ਆ ਅਸੀਂ ਖਬਰਾਂ ਲਾਈਦੀਆਂ ਠੀਕ ਹੈ ਸੋ ਹੌਲੀ ਹੌਲੀ ਜਿੱਦਾਂ ਜਿੱਦਾਂ ਤੁਸੀਂ ਤੁਰੇ ਜਾਂਦੇ ਆ ਤੁਹਾਡੇ ਨਾਲ ਥੋੜਾ ਜਿਹਾ ਤੁਹਾਡੇ ਲਈ ਪਰਸਨਲ ਸਵਾਲ ਪਿਛਲੀ ਵਾਰੀ ਤੁਸੀਂ ਇੱਕ ਗੱਲ ਕਹੀ ਸੀ ਕਿ ਮੇਰਾ ਕੋਈ ਐਕਸਪੀਰੀਅੰਸ ਨਹੀਂ ਮੀਡੀਆ 'ਚ ਸੀਗਾ ਮੈਂ ਕੋਈ ਰਾਈਟਰ ਨਹੀਂ ਸੀਗਾ ਮੈਂ ਕੋਈ ਰਿਪੋਰਟਰ ਨਹੀਂ ਸੀਗਾ ਮੈਂ ਕੋਈ ਐਡੀਟਰ ਨਹੀਂ ਸੀਗਾ ਮੈਂ ਕਿਸੇ ਨਾਲ ਕੰਮ ਵੀ ਨਹੀਂ ਕੀਤਾ ਪਰ ਤੁਸੀਂ ਅਖਬਾਰ ਸ਼ੁਰੂ ਕੀਤੀ ਅਖਬਾਰ ਨੂੰ ਚਲਾ ਕੇ ਦਿਖਾਇਆ ਮੈਂ ਇਹ ਸਮਝਦਾ ਪੀ ਇਹ ਸਫਰ ਜਿਹੜਾ ਸਫਲਤਾ ਨਾਲ ਚੱਲਣ ਦਾ ਫਿਰ ਕੀ ਰਾਜ ਹੈ ਕਿਹੜੇ ਬੂਟਾ ਕਿਸੇ ਵਾਸੀ ਕੋਲ ਐਸੀ ਚੀਜ਼ ਐ ਕਿ ਨਾ ਕੁਝ ਹੁੰਦਿਆ ਵੀ ਸਭ ਕੁਝ ਆਇਆ ਇਹ ਤਾਂ ਪਰਮਾਤਮਾ ਦੀ ਕਿਰਪਾ ਹੀ ਕਹਾਦਾ ਮੈਂ ਖੁਦ ਹਰਾਨਾ ਕਈ ਵਾਰੀ ਮੈਂ ਇਕੱਲਾ ਬੈਠਾ ਸੋਚਦਾ ਹੁੰਨਾ ਕਿ ਕੁਝ ਮਤਲਬ ਕੁਝ ਵੀ ਨਹੀਂ ਸੀ ਮੇਰੇ ਕੋਲ ਖ਼ਬਰ ਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਸ਼ੁਰੂ ਕਰਤਾ ਹੌਲੀ ਹੌਲੀ ਤੁਹਾਡੇ ਵਰਗੇ ਭਰਾਵਾਂ ਦੇ ਲਿੰਕ ਜੋੜਦੇ ਗਏ ਰਾਈਟਰ ਮਿਲ ਗਏ ਵਧੀਆ ਟੀਮ ਮਿਲ ਗਈ ਇੰਡੀਆ ਤੋਂ ਠੀਕ ਐ ਇੱਕ ਅੰਦਰੋਂ ਜਿਹੜੀ ਸ਼ਕਤੀ ਸੀਗੀ ਉਹਨੇ ਆਪਣਾ ਕੰਮ ਕੀਤਾ ਪਰਮਾਤਮਾ ਦੀ ਕਿਰਪਾ ਹੋਈ ਗਿਆ ਤੁਹਾਨੂੰ ਲੱਗਦਾ ਕਿ ਤੁਸੀਂ ਆਪਣੇ ਮਿਸ਼ਨ 'ਚ ਸਫਲ ਹੋ 100% ਕਿਵੇਂ ਕਿਵੇਂ ਹੁਣ ਮੈਂ ਤੁਹਾਨੂੰ ਐਕਸਪਲੇਨ ਨਹੀਂ ਕਰ ਸਕਦਾ ਪਰ ਡੇਲੀ ਬੇਸਿਸ ਤੇ ਜਿਹੜੀ ਮੈਂ ਐਕਟੀਵਿਟੀਜ਼ ਕਰਦਾ ਆ ਠੀਕ ਆ ਕੋਈ ਮੈਂ ਦਰਦਾ ਨਹੀਂ ਕੁਝ ਆਪ ਨੂੰ ਕੱਲ ਉਹਦਾ ਰਿਜ਼ਲਟ ਕੀ ਹੋਣਾ ਮੈਂ ਇਹ ਸੋਚ ਕੇ ਨਹੀਂ ਛਾਪਦਾ ਜਿਹੜੀ ਗੱਲ ਚੰਗੀ ਆ ਮਾੜੀ ਆ ਮੈਂ ਉਹਨੂੰ ਲਿਖ ਦੇਣਾ ਉਹਨੂੰ ਅਸੀਂ ਛਾਪ ਦਿੰਨੇ ਆ ਉਹਦਾ ਰਿਜ਼ਲਟ ਭੁਗਤਣ ਲਈ ਤਿਆਰ ਵੀ ਰਹਿਣਾ ਭੁਗਤਿਆ ਵੀ ਆ ਠੀਕ ਆ ਸੋ ਇਸ ਕਰਕੇ ਇਹ ਹੀ ਸਵਲ ਦਾ ਰਾਜਾ ਮੇਰਾ ਕਿ ਮੈਂ ਬੀਤੇ ਰੱਖੋ ਕੇ ਛਾਪਦਾ ਹਰ ਚੀਜ਼ ਹਾਂ ਬੁੱਟਾ ਜੀ ਇੱਕ ਥੋੜੀ ਜਿਹਾ ਮਾਈਂਡ ਨਹੀਂ ਕਰਨਾ ਇੱਕ ਸਾਡੇ ਦਰਸ਼ਕਾਂ ਨੂੰ ਮੈਂ ਜ਼ਰੂਰ ਜਾਣਕਾਰੀ ਮਿਲ ਜਾਵੇ ਮੈਂ ਚਾਹੁੰਦਾ ਪੇ ਕਿਉਂ ਆ ਜਦੋਂ ਅੱਛੀਆਂ ਅਖਬਾਰਾਂ ਪਹਿਲਾਂ ਚੱਲ ਰਹੀਆਂ ਸੀ ਤੁਸੀਂ ਇੱਕ ਵੱਖਰਾ ਕੀ ਲੈ ਕੇ ਆਏ ਸੀ ਕਿ ਕਿ ਮੈਂ ਸਾਂਝੀ ਸੋਚ ਸ਼ੁਰੂ ਕਰਨੀ ਹੈ 2008 ਦੇ ਵਿੱਚ ਮੇਰੀ ਗੱਲਬਾਤ ਹੋਈ ਸੀ ਮੇਰੇ ਫ੍ਰੈਂਡ ਨੇ ਪਿਛਲੇ ਸਾਰੇ ਦੱਸਿਆ ਸੀ ਮੈਂ ਰਮਾ ਕਾਂਡਾ ਅਰਜੀਨਾ ਹੂੰ ਹੂੰ ਅਸੀਂ ਕਾਫੀ ਟਾਈਮ ਤੋਂ ਸੋਚਦੇ ਸੀ ਅਖਬਾਰ ਸ਼ੁਰੂ ਕਰਨੀ ਹੈ ਕਿਉਂਕਿ ਮੈਂ ਅਖਬਾਰਾਂ ਨਾਲ ਪੜਦਾ ਰਨਅਪ ਚਾਹੇ ਮੈਂ ਛੋਟਾ ਹੁੰਦਾ ਇੱਥੇ ਆ ਗਿਆ ਸੀ ਪਰ ਜਦੋਂ ਦਾ ਮੈਂ ਇੱਥੇ ਆਇਆ 92 ਤੋਂ ਮੈਂ ਖਵਾਰਾ ਪੜਦਾ ਮੇਰੇ ਡੈਡੀ ਟੀਚਰ ਸੀ ਇੰਡੀਆ ਦੇ ਵਿੱਚ ਪੰਜਾਬੀ ਦੇ ਨਾਲ ਬਹੁਤ ਜਿਆਦਾ ਜੁੜਿਆ ਹੋਇਆ ਹੈ ਠੀਕ ਹੈ ਸੋ ਮੈਂ ਮੈਂ ਇਨਾਂ ਖਵਾਰਾ ਤੋਂ ਸੈਟੀਸਫਾਈ ਨਹੀਂ ਹੈਗਾ ਸੋ ਹੁਣ ਮੈਂ ਮੈਂ ਆਪਣੇ ਹਿਸਾਬ ਨਾਲ ਕੰਮ ਕਰਦਾ ਆ ਹੱਲੇ ਵੀ ਮੈਂ ਖੁਦ ਸੈਟੀਸਫਾਈ ਨਹੀਂ ਹੈਗਾ ਪਰ ਜੋ ਚੀਜ਼ ਲੋਕਾਂ ਤੱਕ ਜਾਣੀ ਚਾਹੀਦੀ ਆ ਉਹ ਖਵਾਰਾ ਦੇ ਨਹੀਂ ਰਹੀਆਂ ਅਸੀਂ ਇੰਡੀਆ ਦੀਆਂ ਖਵਾਰਾ ਉਹਨੂੰ ਖਬਰਾਂ ਚੱਕ ਕੇ ਕਾਟਨ ਪੇਸਟ ਕਰਦੇ ਰਹਿੰਦੇ ਆ ਇੱਥੇ ਤੇ ਲੋਕੀ ਪਹਿਲਾਂ ਹੀ ਟੈਨਸ਼ਨਾਂ ਪਰ ਜਿੰਦਗੀ ਜੀ ਰਹੇ ਨੇ ਕਿਸੇ ਬਸ ਉਲਟ ਵੀ ਕਿਸੇ ਦੀ ਮੱਝ ਮਰ ਗਈ ਇਹੋ ਜਿਹੇ ਗੱਲਾਂ ਨਾਲੋਂ ਤੁਹਾਡੇ ਵਾਲੇ ਰਾਈਟਰਾਂ ਨੇ ਵਧੀਆਂ ਸਟੋਰੀਆਂ ਛਾਪੀਆਂ ਜਾਣ ਠੀਕ ਹੈ ਲੇਖ ਛਾਪੇ ਜਾਣ ਹਿਸਟਰੀ ਦਿੱਤੀ ਜਾਵੇ ਤਾਂ ਕਿ ਲੋਕੀ ਇੱਕ ਪੜ ਕੇ ਐਂਟਰਟੇਨਮੈਂਟ ਦਾ ਸਾਧਨ ਬਣੇ ਲੋਕਾਂ ਦੀ ਨੌਲੇਜ ਵਧੇ ਸੋ ਖਬਰਾਂ ਨਾਲੋਂ ਜ਼ਿਆਦਾ ਅਖਬਾਰਾਂ ਜਿਹੜੀਆਂ ਇੱਥੇ ਦੀਆਂ ਜੇ ਲੋਕਾਂ ਨੂੰ ਨੌਲੇਜ ਦੇਣ ਹੋਰ ਕੀ ਹੋ ਰਿਹਾ ਦੁਨੀਆ ਦੇ ਵਿੱਚ ਮੇਰੇ ਹਿਸਾਬ ਨਾਲ ਉਹ ਜ਼ਿਆਦਾ ਬੈਟਰ ਆਏਗਾ ਐ ਅਖਬਾਰ ਹੋਵੇ ਚਾਹੇ ਇਲੈਕਟ੍ਰੋਨਿਕ মিডিਆ ਹੋਵੇ ਚਾਹੇ ਪ੍ਰਿੰਟ মিডিਆ ਹੋਵੇ ਇਸ ਗੱਲ ਨੂੰ ਮੰਨਣਾ ਪਏਗਾ ਕਿ মিডিਆ ਇੱਕ profession ਹੀ ਨਹੀਂ ਇੱਕ mission ਵੀ ਆ ਜਿਹੜਾ ਇਹ ਮਿਸ਼ਨ ਹੈ ਤੁਸੀਂ ਬਹੁਤ ਸਾਰੀਆਂ ਸਮੱਸਿਆਵਾਂ ਤੁਸੀਂ ਅਖਬਾਰ ਡਿਸਟ੍ਰਿਬਿਊਸ਼ਨ ਕਰਦੇ ਹੋ ਤੁਹਾਨੂੰ ਕੋਈ ਸਰਕਾਰੀ ਅਦਾਰੇ ਜਿੰਨਾ ਆਪਣੇ ਤੇ ਸਰਕਾਰਾਂ ਵੀ ਇਸ਼ਤਿਹਾਰ ਦਿੰਦੀਆਂ ਇੱਥੇ ਮੇਰੇ ਖਿਆਲ ਕੋਈ ਅਮਰੀਕਨ ਗਵਰਨਮੈਂਟ ਜਾਂ ਕੈਲੀਫੋਰਨੀਆ ਸਟੇਟ ਵੱਲੋਂ ਕੋਈ ਇਸ਼ਤਿਹਾਰ ਨਹੀਂ ਮਿਲਦਾ ਹੁਣ ਕੀ ਤੁਹਾਡੇ ਆਰਥਿਕ ਸੋਮੇ ਆਪਣੇ ਲੈਵਲ ਤੇ ਜਿਹੜੇ ਤੁਸੀਂ ਯਤਨ ਕਰਦੇ ਉਹਨਾਂ ਪੂਰੇ ਹੋ ਹੀ ਜਾਂਦੇ ਆ ਹਾਂ ਜੇ ਤਾਂ ਐਡਵਰਟਾਈਜ਼ਰ ਤੁਹਾਡੇ ਨਾਲ ਨਹੀਂ ਫਿਰ ਤੁਸੀਂ ਅਖਬਾਰ ਕੱਢ ਸਕਦੇ ਆ ਤੁਹਾਡੇ ਖਰਚੇ ਪੂਰੇ ਹੁੰਦੇ ਆ ਜੇ ਐਡਵਰਟਾਈਜ਼ਰ ਜਾਂ ਸਿਸਥਾਮਾ ਤੁਹਾਡੇ ਨਾਲ ਨਹੀਂ ਹੈਗੀਆ ਤਾਂ ਫਿਰ ਤੁਸੀਂ ਅਖਬਾਰ ਕੱਢ ਨਹੀਂ ਸਕਦੇ ਉਹ ਡਿਪੈਂਡ ਕਰਦਾ ਈਚ ਇੰਡੀਵਿਜੂਅਲ ਤੇ ਤੁਹਾਡੀ ਲੋਕਾਂ ਦੇ ਨਾਲ ਕਿਹੋ ਜੀ ਜਾਣ ਪਹਿਚਾਨ ਆ ਕਿਹੋ ਜਿਹਾ ਤੁਹਾਡਾ ਸਰਕਲ ਆ ਐਡਵਰਟਾਈਜ਼ਮੈਂਟ ਐਡਵਰਟਾਈਜ਼ਰ ਨੂੰ ਵੀ ਅਖਬਾਰ ਤੋਂ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਉਹ ਸਿਰ ਤੁਹਾਡੇ ਸਰਕਲ ਦੇ ਆਧਾਰ ਤੇ ਤੁਹਾਡੀ ਜੇ ਤੁਹਾਨੂੰ ਲਾਈਕ ਕਰਦੇ ਆ ਤੁਹਾਡੀ ਅਖਬਾਰ ਨੂੰ ਲਾਈਕ ਕਰਦੇ ਆ ਉਹ ਸਿਰ ਤੁਹਾਡੀ ਸਪੋਰਟ ਕਰਦੇ ਆ ਉਹਦੇ ਵਿੱਚੋਂ 10 20 ਪੈਸੇ ਉਹਨਾਂ ਨੂੰ ਮਿਲ ਜਾਂਦੇ ਵਪਾਸ ਅਦਰਵਾਈਜ਼ ਸਭ ਇੱਕ ਅਖਬਾਰ ਦੀ ਸਪੋਰਟ ਹੀ ਹੁੰਦੀ ਆ ਹੋਰ ਕੁਝ ਨਹੀਂ ਹੈ ਬੁੱਟਾ ਜੀ ਬੁਰਾ ਵੀ ਲੱਗੇ ਤਾਂ ਵੀ ਕੋਈ ਗੱਲ ਨਹੀਂ ਪਰ ਮੈਂ ਇੱਕ ਸਵਾਲ ਜ਼ਰੂਰ ਪੁੱਛਾਂਗਾ ਆਮ ਤੌਰ ਤੇ ਇਹ ਮੰਨਿਆ ਜਾ ਰਿਹਾ ਕਿ ਕੁਝ ਅਖਬਾਰਾਂ ਚ ਜਿਹੜੇ ਐਡੀਟੋਰੀਅਲ ਹੈ ਉਹ ਵੀ ਰੈਡੀਮੇਡ ਮਿਲਦੇ ਨੇ ਤੁਸੀਂ ਐਡੀਟੋਰੀਅਲ ਆਪ ਦੀ ਅਖਬਾਰ ਚ ਆਪ ਲਿਖਦੇ ਹੋ ਬਿਲਕੁਲ ਲਿਖਦਾ ਜੀ 80% ਆਪ ਲਿਖਦਾ 20% ਰੈਡੀਮੇਡ ਹੁੰਦੇ ਆ ਮੈਂ ਮੁਕਰਦਾ ਨਹੀਂ ਕਿਸੇ ਗੱਲ ਵੈਰੀ ਗੁੱਡ ਸੋ ਇਹ ਬੜੀ ਉਹਦਾ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ 20% ਰੈਡੀਮੇਡ ਕਿਉਂ ਹੁੰਦੇ ਆ ਮੈਂ ਇਹ ਤਾਂ ਹੈ ਨਹੀਂ ਪੈਨ ਚੱਕ ਕੇ ਬੈਠ ਕੇ ਲਿਖਦਾ ਮੋٹے ਮੋٹے ਥਾਟਸ ਮੈਂ ਜਿਹੜੇ ਹੁੰਦੇ ਆ ਬਣਾ ਕੇ ਕਈ ਵਾਰੀ ਇੰਡੀਆ ਦਾ ਦਸਤਾਵੇਜ਼ ਕਰਾ ਦਿੰਦੇ ਆ ਠੀਕ ਆ ਤੇ ਉਹ ਉਹਨੂੰ ਸ਼ਬਦਾਂ ਵਿੱਚ ਬਦਲ ਦਿੰਦੇ ਹੈਗੇ ਆ ਸੋ 20% ਉਹ ਜਿਹੜਾ ਆਪਣੇ ਕੋਲੋਂ ਸ਼ਬਦ ਪਾ ਲੈਂਦੇ ਆ ਅਸੀਂ ਥਾਟਸ ਜਿਹੜੇ ਹੁੰਦੇ ਆ ਉਹ ਮੋਸਟਲੀ ਸਾਡੇ ਹੁੰਦੇ ਆ ਮਤਲਬ ਸੋਚ ਥੋੜੀ ਆ ਕਿ ਤੁਹਾਡਾ ਸਿਧਾਂਤ ਕੀ ਆ ਕੀ ਕਰਨਾ ਹੈ ਬਿਲਕੁਲ ਜੇ ਤੁਸੀਂ ਹੁਣ ਕਹੋ ਵੀ 100% ਸਾਰਾ ਕੁਝ ਅਸੀਂ ਦੱਸਦੇ ਆ ਮੇਰੇ ਖਿਆਲ ਤਾਂ ਕੋਈ ਵੀ ਖਵਾਰੇ ਤੇ ਨਹੀਂ ਹੈਗੇ ਦਾਰੀ ਜਿਹੜਾ 100% ਰਾਈਟਰ ਆਪ ਲਿਖ ਕੇ ਦਿੰਦਾ ਆ ਸੋ ਮੈਂ ਆਪਣੇ ਦਰਸ਼ਕਾਂ ਨੂੰ ਦੱਸਦਾ ਕਿ ਕਹਿੰਦੇ ਨੇ ਹਰ ਕੰਮ ਦੇ ਬਦਲੇ ਚ ਪੈਸੇ ਹੀ ਉਮੀਦ ਤੇ ਨਹੀਂ ਰੱਖਣੇ ਚਾਹੀਦੇ ਕੁਝ ਕੰਮ ਜ਼ਿੰਦਗੀ ਚ ਕਰਨੇ ਲਈ ਹੀ ਹੁੰਦੇ ਨੇ ਔਰ ਜਿੱਥੇ ਵੀ ਤੁਸੀਂ ਕੰਮ ਦੇ ਬਦਲੇ ਸਿਰਫ ਪੈਸੇ ਮੰਗਦੇ ਹੋ ਮੇਰੇ ਕਾਲਜ ਉਥੇ ਕੰਮ ਨਾਲ ਵੀ ਬਹੁਤਾ ਸਮਝੌਤਾ ਨਹੀਂ ਹੁੰਦਾ ਇਸੇ ਕਰਕੇ ਮੈਂ ਬੂਟਾਬਾਸੀ ਉਹਨਾਂ ਨੂੰ ਪੁੱਛ ਰਿਹਾ ਸੀ ਕਿ ਤੁਸੀਂ ਆਪਣੇ ਕੰਮ ਚੋਂ ਐਂਟਰਟੇਨਮੈਂਟ ਕਿੰਨੀ ਭਾਲਦੇ ਹੋ ਉਹ ਉਹਨਾਂ ਮੁਤਾਬਕ ਉਹਨਾਂ ਨੂੰ ਇਹ ਮਨੋਰੰਜਨ ਜਾਨੀ ਕਿ ਮਨ ਦੀ ਜਿਹੜੀ ਅਵਸਥਾ ਆ ਉਹ ਖੁਸ਼ੀ ਚ ਰਹਿੰਦੀ ਆ ਸੋ ਆਪਣੇ ਕਾਰਜ ਸਫਲ ਨੇ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਬੂਟਾ ਬਾਸੀ ਹੁਰਾਂ ਨਾਲ ਅਸੀਂ ਕਰਾਂਗੇ ਕਿਉਂਕਿ ਉਹਨਾਂ ਦੀ ਇਖਬਾਰ ਦੀ ਤੀਜੀ ਬਰੇਗੰਡ ਜਿਹੜੀ ਆ ਉਹ 30 ਜਨਵਰੀ ਦਿਨ ਸ਼ਨੀਵਾਰ ਨੂੰ ਸੰਸਾਰ ਰੈਸਟੋਰੈਂਟ ਟ੍ਰੇਸੀ ਚ ਹੋ ਰਹੀ ਆ ਸੋ ਗੱਲਬਾਤ ਨੂੰ ਹਲੇ ਜਾਰੀ ਰੱਖਾਂਗੇ ਪਰ ਛੋਟੀ ਜਿਹੀ ਕਮਰਸ਼ਲ ਬ੍ਰੇਕ ਤੋਂ ਬਾਅਦ ਇੱਕ ਤੋਂ ਬਾਅਦ ਜਾਣ ਪਹਿਚਾਨ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਨਿੱਕਾ ਸਵਾਗਤ ਹੈ ਗੱਲਬਾਤ ਅਸੀਂ ਕਰਨਿਆ ਬੂਟਾਵਾਸੀ ਹੋਰਾਂ ਨਾਲ ਜੋ ਸਾਂਝੀ ਸੋਚ ਅਖਬਾਰ ਦੇ ਸੰਪਾਦਕ ਨੇ ਔਰ ਇਹ ਅਖਬਾਰ ਪਿਛਲੇ 3 ਬਰਿਆਂ ਤੋਂ ਕੈਲੀਫੋਰਨੀਆ ਤੋਂ ਪ੍ਰਕਾਸ਼ਿਤ ਹੋ ਰਹੀ ਹੈ ਪੰਜਾਬੀ ਭਾਈਚਾਰੇ ਚ ਇਸ ਅਖਬਾਰ ਦੀ ਚੰਗੀ ਥਾਂ ਆ ਔਰ ਇਹ ਅਖਬਾਰ ਤੇ ਉਹਨਾਂ ਦਾ ਇਸ ਕਿੱਤੇ ਨਾਲ ਤੇ ਖਿੱਤੇ ਨਾਲ ਜੁੜੇ ਹੋਣ ਦਾ ਜਿਹੜਾ ਤਜਰਬਾ ਹੈ ਉਹ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਮੈਂ ਨਾਲ ਦੀ ਨਾਲ ਇਸ ਗੱਲੇ ਵੀ ਧੰਨਵਾਦ ਕਰਦੇ ਹਾਂ ਕਿ ਇਹ ਜਗਦੀਪ ਸਿੰਘ ਪੰਡਾਲ ਹੋਰਾਂ ਦੇ ਯਤਨਾਂ ਨਾਲ ਜੋ ਸਾਡੇ ਗਲੋਬਲ ਪੰਜਾਬ ਤੋਂ ਬਿਊਰੋ ਟੀਪ ਨੇ ਕੈਲੀਫੋਰਨੀਆ ਤੋਂ ਇਹ ਮੁਲਾਕਾਤ ਜਿਹੜੀ ਆ ਅੱਜ ਸੰਭਵ ਹੋ ਰਹੀ ਹੈ। ਪੂਟਾਵਾਸੀ ਜੀ ਤੁਹਾਡਾ ਇੱਕ ਵਾਰ ਫੇਰ ਬ੍ਰੇਕ ਤੋਂ ਬਾਅਦ ਸਵਾਗਤ ਹੈ। ਥੈਂਕ ਯੂ ਜੀ। ਅ ਕਾਫੀ ਔਖਾ ਕਾਰਜ ਹੈ ਅਖਬਾਰਾਂ ਦੀ ਵੰਡ ਤੁਸੀਂ ਅਖਬਾਰਾਂ ਫ੍ਰੀ ਵੰਡਦੇ ਹੋ, ਹਰ ਥਾਂ ਪਹੁੰਚਾਉਂਦੇ ਹੋ। ਇਹ ਜਿਹੜੇ ਐਕਸਪੈਂਸ ਜਾਸ ਹੋਰ ਸਾਰਾ ਖਰਚ ਐਡਜਸਟ ਕਰਨਾ। ਕੀ ਤੁਹਾਡੀ ਅਖਬਾਰ ਫਿਰ ਵੀ ਟਿਕਾਣੇ ਤੇ ਜਾਂਦੀ ਆ? ਫਿਰ ਤੁਸੀਂ ਕਿਦਾਂ ਉਹਨੂੰ ਫਾਲੋਅ ਅਪ ਕਰਦੇ ਹੋ ਕਿ ਕੋਈ ਪ੍ਰੋਬਲਮ ਡਿਸਟ੍ਰਿਬਿਊਸ਼ਨਸ ਤਾਂ ਨਹੀਂ ਆ ਰਹੀਆਂ? ਕਈ ਵਾਰ ਪ੍ਰੋਬਲਮਸ ਆ ਵੀ ਜਾਂਦੀਆਂ। ਪਰ ਮジョਰਿਟੀ ਆਫ ਟਾਈਮ ਲਈ ਸਾਡੀ ਟੀਮ ਹੈ ਵੰਡਣ ਵਾਲੀ ਮੁੰਡੇ ਜਿਹੜੇ ਕੰਮ ਕਰਦੇ ਉਹਨੇ ਏਰੀਆ ਵੰਡਿ ਹੋਏ ਨੇ ਉਹਨਾਂ ਕੋਲ ਸਟੋਰਾਂ ਦੀ ਲਿਸਟ ਹੈਗੀ ਆ ਉਹ ਪਹੁੰਚਾ ਦਿੰਦੇ ਹੈਗੇ ਜਿਹੜੇ ਨਵੇਂ ਸਟੋਰ ਖੋਲਦੇ ਕੇ ਵੀ ਉਹ ਸਾਨੂੰ ਫੋਨ ਕਰਦੇ ਆ ਕਿ ਸਾਡੇ ਸਟੋਰ ਤੇ ਅਖਬਾਰ ਨਹੀਂ ਆਈ ਤਾਂ ਫਿਰ ਅਸੀਂ ਮੁੰਡਿਆਂ ਨੂੰ ਦੱਸ ਦਈਦਾ ਉਹ ਸਟੋਰ ਦੇ ਨਾਲ ਆਪਣਾ ਟਾਈ ਅਪ ਕਰ ਲੈਂਦੇ ਆ ਤੇ ਉੱਥੇ ਪਹੁੰਚ ਜਾਂਦੀ ਆ ਮੈਂ ਖੁਦ ਵੀ ਹਫਤੇ 'ਚ ਇੱਕ ਵਾਰੀ ਕਦੇ ਕਿਸੇ ਸ਼ਹਿਰ ਕਦੇ ਕਿਸੇ ਸ਼ਹਿਰ ਜਿਹਦੇ ਸ਼ਹਿਰ ਮੈਂ ਗਿਆ ਹੋਵਾਂ ਐਡ ਵਗੈਰਾ ਇਕੱਠੀ ਕਰਨ ਤਾਂ ਮੈਂ ਉਸ ਸਟੋਰਾਂ ਤੇ ਜਾਂਦਾ ਸਟੋਰਾਂ ਤੇ ਚੈੱਕ ਕਰਦਾ ਅਖਬਾਰ ਪਈ ਆ ਕਿ ਨਹੀਂ ਪਈ ਜੇ ਨਹੀਂ ਮਿਲਦੀ ਤਾਂ ਮੈਸਟਰਾਂ ਨੂੰ ਪੁੱਛਦਾ ਹਾਂ ਵੀ ਇਸ ਅਖਬਾਰ ਆਉਂਦੀ ਆ ਜੋ ਵੀ ਉਹ ਆਨਸਰ ਦਿੰਦੇ ਉਹਦੇ ਮੁਤਾਬਕ ਫਿਰ ਸੈਟਿੰਗ ਕਰੀ ਦਿਆ ਇਹ ਇਹ ਜਿਹੜੀ ਪੰਜਾਬੀ ਦੀ ਖਾਬਤ ਹੈ ਕਿ ਆਪੇ ਬੀਬੀ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ ਬੁੱਟਾ ਜੀ ਇਹ ਸਾਰਾ ਕੰਮ ਤੁਸੀਂ ਸੰਪਾਦਕ ਹੁੰਦੇ ਆ ਸਾਰਾ ਕੁਝ ਆਪ ਹੀ ਇੰਨਾ ਕੁਝ ਕਰਦੇ ਹੋ ਜੀ ਅਸੀਂ ਇਹ ਬੰਦੇ ਰੱਖੀਏ ਨਾ ਤਾਂ ਸਾਨੂੰ ਜਿਹੜੀ ਐਡ ਦਾ ਪੇਜ ਹੈਗਾ ਆ ਉਹ 550 ਤੋਂ ਉੱਪਰ ਕਰਨਾ ਪਏਗਾ ਲੋਕੀ ਤਾਂ ਜਦੋਂ ਪੈਸੇ ਮਿਨੀਮਮ ਮੰਗਦੇ ਉਹ ਨਹੀਂ ਦਿੰਦੇ ਹੈਗੇ ਪਤਾ ਹੈ ਸਰ ਕੇ ਸਾਰਾ ਕੁਝ ਆਪ ਹੀ ਕਰਨਾ ਪੈਂਦਾ ਮਤਲਬ ਪ੍ਰਿੰਟਿੰਗ ਦੇ ਹਿਸਾਬ ਨਾਲ ਜਿੰਨਾ ਪਰ ਪੇਜ ਜਾਂ ਉਹਦੀ ਕਮਰਸ਼ੀਅਲ ਸਕੇਲ ਜਿਹੜਾ ਮੀਰਮੈਂਟਸ ਹੋਣਾ ਚਾਹੀਦਾ ਉਹ ਨਹੀਂ ਮਿਲ ਰਿਆ ਤੇ ਇੱਕ ਪੰਜਾਬੀ ਬੋਲੀ ਚ ਸ਼ਾਇਰਾਂ ਨੇ ਸਤਰਾ ਨੇ ਕਿ ਨੱਚ ਨੱਚ ਕੇ ਤਮਾਲਾ ਪਾ ਜੇ ਤੈਨੂੰ ਨੱਚਣੇ ਦਾ ਚਾ ਇਹ ਮੈਂ ਇਸ ਕਰਕੇ ਗੱਲ ਕਰ ਰਿਹਾ ਕਿ ਬਹੁਤ ਸਾਰੇ ਐਸੇ ਦੁੱਖ ਨੇ ਜਿਹੜੇ ਹਾਦਰ ਖੇਤਰ ਚ ਹੁੰਦੇ ਨੇ ਔਰ ਜਿਹੜੇ ਦੁੱਖ ਆਉਂਦੇ ਨੇ ਉਹਨਾਂ ਨੂੰ ਨੱਚ ਨੱਚ ਕੇ ਜਾਂ ਦਿਲੋਂ ਦੱਸ ਵੀ ਦੇਣਾ ਚਾਹੀਦਾ ਬੁਟਾ ਜੀ ਬੜੀਆਂ ਪ੍ਰੋਬਲਮਜ਼ ਆਉਂਦੀਆਂ ਹੋਣੀਆਂ ਨੇ ਅਖਬਾਰਾਂ ਕਹਿੰਦੇ ਨੇ ਸੱਚ ਬੋਲਣ ਦਾ ਇੱਕ ਸਭ ਤੋਂ ਵੱਡਾ ਜ਼ਰੀਆ ਨੇ ਕੀ ਸੱਚ ਤੁਸੀਂ ਬੋਲ ਰਹੇ ਹੋ ਜੇ ਬੋਲ ਰਹੇ ਹੋ ਤੇ ਕੀ ਸਮੱਸਿਆਵਾਂ ਆ ਰਹੀਆਂ ਤੇ ਜੇ ਜਿਹੜੀਆਂ ਸਮੱਸਿਆਵਾਂ ਆਉਂਦੀਆਂ ਉਹਨਾਂ ਨੂੰ ਫਿਰ ਤੁਸੀਂ ਕਿਵੇਂ ਫੇਸ ਫੇਸ ਕਰਦੇ ਹੋ ਕਿਉਂਕਿ ਅੱਜ ਦੇ ਜਮਾਨੇ 'ਚ ਲੋਕੀ ਸੱਚ ਸੁਣਨ ਦੇ ਆਦੀ ਬੜੇ ਘੱਟ ਨੇ ਬਿਲਕੁਲ ਪੁਰਾਣਾ ਸਾਹਿਬ ਸੱਚ ਲਿਖਣਾ ਬਹੁਤ ਔਖਾ ਆ ਤੇ ਲਿਖਣ ਤੋਂ ਬਾਅਦ ਉਹਦੇ ਜਿਹੜੇ ਜੋ ਉਹਦਾ ਪੋਟਨਾ ਪੈਂਦਾ ਹਰ ਜਾਨਾ ਉਹ ਉਦੋਂ ਵੀ ਔਖਾ ਆ ਫੋਨ ਕਾਲ ਦਉਂਦੇ ਆ ਗਾਲਾਂ ਵੀ ਕੱਢਦੇ ਲੋਕੀ ਫੋਨ ਕਰਕੇ ਜੇ ਕਿਸੇ ਦੇ ਖਿਲਾਫ ਲਿਖਦੇ ਆ ਜਿਹਦੇ ਜਿਹਦੇ ਖਿਲਾਫ ਲਿਫਾਂਗੇ ਉਹ ਸਾਨੂੰ ਖੰਡਤਾ ਪਾਊਗਾ ਹੀ ਨਹੀਂ ਠੀਕ ਹੈ ਉਹਨੇ ਆਪਣਾ ਭਰਾਸ ਕੱਢਣੀ ਹੁੰਦੀ ਆ ਲੋਕੀ ਫੋਨ ਕਰਕੇ ਬਲੈਕ ਨੰਬਰਸ ਤੋਂ ਗਾਲਾਂ ਵੀ ਕੱਢਦੇ ਨੇ ਧਮਕੀਆਂ ਵੀ ਦਿੰਦੇ ਨੇ ਆਪ ਤੁਹਾਨੂੰ ਪਤਾ ਪਿੱਛੇ ਮੇਰੇ ਅਟੈਕ ਹੋਇਆ ਮੇਰੇ ਤੇ ਘਰੇ ਆ ਕੇ ਪੰਜ ਬੰਦੇ ਮੈਨੂੰ ਕੁੱਟ ਕੇ ਗਏ ਆ ਬੇਟਾ ਦੇ ਨਾਲ ਫੈਕਟਰ ਹੱਥਾਂ ਤੇ ਵੀ ਹੋਏ ਲੱਤਾਂ ਤੇ ਵੀ ਹੋਏ ਪੁਲਿਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਹਜੇ ਮਤਲਬ ਇਹਨਾਂ ਸੌਖਾ ਨਹੀਂ ਗਾ ਸੱਚ ਦਿਖਣਾ ਸੱਚ ਪੜਨਾ ਘਰੇ ਬਟ ਕੇ ਬਹੁਤ ਸੌਖਾ ਆ ਫੋਨ ਤੇ ਮੋਟਾ ਜੀ ਇੱਕ ਇੱਥੇ ਮੈਂ ਥੋੜੀ ਇੰਟਰਰਪਟ ਕਰ ਰਿਹਾ ਤੁਹਾਨੂੰ ਤੁਸੀਂ ਕਹੇ ਕਿ ਮੈਨੂੰ ਬੈਡਸ ਨਾਲ ਘਰ ਆ ਕੇ ਕੁੱਟ ਗਏ ਪੰਜ ਬੰਦੇ ਆਏ ਤੁਸੀਂ ਕੁੱਟ ਤੁਸੀਂ ਤੁਹਾਡੇ ਸਾਟਾ ਵੀ ਕਾਫੀ ਲੱਗੀਆਂ ਐ ਉਸ ਤੋਂ ਬਾਅਦ ਤੁਹਾਡੇ ਮਨੋਬਲ ਨੂੰ ਕੋਈ ਇਦਾਂ ਦਾ ਤਾਂ ਨਹੀਂ ਹੋਇਆ ਕਿ ਕੋ ਡਿੱਗਿਆ ਜਾਂ ਕੀ ਆਪ ਜਾਂ ਕਿਹਦਰ ਅੱਛਾ ਉਸ ਤੋਂ ਬਾਅਦ ਹੁਣ ਥੋੜਾ ਹੋਰ ਸ਼ਕਤੀ ਆਈ ਹੈ ਕੋਈ ਗੱਲ ਨਹੀਂ ਉਠੜਿਆ ਹੁਣ ਉਹਨਾਂ ਕੀ ਹੋ ਗਿਆ ਫਰਕ ਪੈ ਗਿਆ ਮੈਂ ਤਾਂ ਲਿਖ ਰਹੀ ਆ ਜਿੰਨੇ ਚਿਰ ਸਾਹ ਚੱਲਦੇ ਮੈਂ ਲਿਖੀ ਜਾਣਾ ਆ ਠੀਕ ਐ ਸੋ ਇਹ ਆ ਥੋੜਾ ਜਿਆਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਤੇ ਉਮੀਦ ਕਰਦਾ ਮੈਨੂੰ ਪੁਲਿਸ ਡਿਪਾਰਟਮੈਂਟ ਤੋਂ ਕਾਫੀ ਉਮੀਦ ਆ ਜਲਦੀ ਉਹ ਬੰਦੇ ਜੇਲ੍ਹ ਦੇ ਵਿੱਚ ਹੋਣਗੇ ਸੋਈ ਸਰ ਕੇ ਉਹਨਾਂ ਦੇ ਕੁੱਟਣਾ ਜਾਂ ਕੁਝ ਕਰਨਾ ਮੈਨੂੰ ਕੋਈ ਫਰਕ ਨਹੀਂ ਪਿਆ ਬੁੱਟਾ ਜੀ ਇੱਕ ਥੋੜਾ ਮੈਂ ਤੇਜਰਵੇ ਜੋ ਸਵਾਲ ਪੁੱਛਣਾ ਕਿ ਕੀ ਤੁਹਾਨੂੰ ਲੱਗਦਾ ਹੈ ਕਿ ਪੰਜਾਬੀ মিডিਆ ਪੰਜਾਬੀ ਭਾਈਚਾਰਾ ਕਿਉਂਕਿ ਇੱਥੇ ਬਹੁਤ ਵੱਡਾ ਹੈ ਪੰਜਾਬੀ মিডিਏ ਨੂੰ ਖਾਸ ਤੌਰ ਤੇ ਪ੍ਰਿੰਟ ਖੇਤਰ ਨੂੰ ਜਿਹੜਾ ਰੋਲ ਅਦਾ ਕਰਨਾ ਚਾਹੀਦਾ ਹੈ ਉਹ ਕੀਤਾ ਜਾ ਰਿਹਾ ਕਿ ਜਾਂ ਕੀ ਰੋਲ ਚੰਗਾ ਅਦਾ ਕਰਨ ਲਈ ਕੀਤਾ ਜਾਣਾ ਚਾਹੀਦਾ ਚਾਹੇ ਮੈਂ ਆ ਚਾਹੇ ਬਾਕੀ ਖਵਾਰਾ ਵਾਲਿਆ ਸਾਨੂੰ ਜੋ ਕਰਨਾ ਜਾ ਰਿਹਾ ਚਾਹੀਦਾ ਹੈ ਛੋਟੇ ਅਸੀਂ ਉਹ ਨਹੀਂ ਕਰ ਰਹੇ ਕਿਉਂ ਕਿਉਂ ਕਿਉਂਕਿ ਸਾਡੀਆਂ ਖਵਾਰਾ ਐਡਵਰਟਾਈਜ਼ਮੈਂਟ ਬੇਸਡ ਹੈਗੀਆਂ ਸਾਨੂੰ ਸਰਕਾਰ ਤੋਂ ਕੋਈ ਪੈਸਾ ਨਹੀਂ ਆਉਂਦਾ ਸਾਨੂੰ ਉਹਦੀ ਬੋਲੀ ਬੋਲਣੀ ਪੈਂਦੀ ਆ ਜਿਹੜਾ ਸਾਨੂੰ ਪੈਸੇ ਦਿੰਦਾ ਆ ਠੀਕ ਆ ਜਿਹੜੇ ਜਿਹੜੇ ਗਰੁੱਪ ਸਾਨੂੰ ਪੈਸੇ ਦਿੰਦੇ ਆ ਜੇ ਉਹ ਅਸੀਂ ਲਿਖਦੇ ਆ ਤਾਂ ਉਹ ਸਾਨੂੰ ਜਿਹੜਾ ਵਿਰਧ ਜਾਣਿਆ ਸਾਡੀ ਖਬਰ ਨਹੀਂ ਐਡਵਰਟਾਈਜ਼ਮੈਂਟਾਂ ਬੰਦ ਹੁੰਦੀ ਹੈਗੀਆਂ ਸੋ ਤੁਹਾਡੇ ਤੁਹਾਡੇ ਸਵਾਲ ਚੋਂ ਹੀ ਜਵਾਬ ਹੈ ਮੇਰਾ ਸਵਾਲ ਹੈ ਤੁਹਾਡੇ ਜਵਾਬ ਚੋਂ ਬੜਾ ਇਹ ਤੁਸੀਂ ਕਹਿੰਦੇ ਹੋ ਕਿ ਅਸੀਂ ਸੱਚ ਲਿਖਦੇ ਹਾਂ ਤੁਸੀਂ ਦੂਸਰੇ ਪਾਸੇ ਆਗੇ ਕਿ ਸਾਨੂੰ ਜਿਹੜਾ ਜਿਹੜੇ ਸਾਡੀ ਮਦਦ ਕਰਦੇ ਆ ਸਾਨੂੰ ਸਮਝੌਤਾ ਕਰਨਾ ਪੈਂਦਾ ਪੱਤਰਕਾਰੀ ਤੇ ਮੀਡੀਆ ਚ ਕਿਹੜੀ ਸਮਝੌਤੇ ਦੀ ਵਿਵਸਥਾ ਹੁੰਦੀ ਹੈ ਦੇਖੋ ਸੱਚ ਲਿਖਦੇ ਹਾਂ ਤੇ ਉਹ ਜਿਹੜੀ ਖਬਰ ਸੱਚ ਲਿਖਦੀ ਹੈ ਉਹਨਾਂ ਲੋਕੀ ਆਉਂਦੇ ਜਾਂਦੇ ਰਹਿੰਦੇ ਆ ਠੀਕ ਆ ਤੇ ਜੇ ਤੁਸੀਂ ਬਿਲਕੁਲ ਹੀ ਸੱਚ ਨਾ ਲਿਖੋ ਠੀਕ ਹੈ ਉਹ ਫਿਰ ਤੁਹਾਡੀ ਖਵਾਰ ਜੇ 50 ਬੰਡ ਪੀਸ ਬੰਡਲ ਦੇ ਪਏ ਆ ਅਗਲੇ ਬੋਧਵਾਰ ਨੂੰ ਇਹ 51 ਹੋ ਜਾਂਦੇ ਆ ਠੀਕ ਉਹ ਚੱਕਦਾ ਵੀ ਹੈ ਉਹਨੂੰ ਫਿਰ ਇਹ ਸਰ ਕੇ ਸੋ ਮੈਂ ਮੈਂ ਇਹ ਨਹੀਂ ਕਹਿੰਦਾ ਵੀ ਮੈਂ ਬਿਲਕੁਲ ਬਿਲਕੁਲ ਹੀ ਸੱਚ ਲਿਖਦਾ ਹਾਂ ਝੂਠ ਮੈਂ ਕਦੀ ਲਿਖਿਆ ਨਹੀਂ ਮਤਲਬ ਮੈਂ ਇਹ ਕੰਪਰੋਮਾਈਜ਼ ਕਰਨਾ ਪੈ ਰਿਹਾ ਹਾਲਾਤਾਂ ਕਰਕੇ ਹਾਲਾਤਾਂ ਦੇ ਮਤਲਬ ਕੰਪਰੋਮਾਈਜ਼ ਕਰਨਾ ਪੈਂਦਾ ਪਰ ਕਈ ਵਾਰੀ ਕੀ ਹੁੰਦਾ ਆ ਮਤਲਬ ਇਹ ਐ ਮੈਨੂੰ ਇਸ ਗੱਲ ਦੀ ਪਰਵਾਹ ਨਹੀਂ ਹੁੰਦੀ ਕਿ ਜੇ ਕੋਈ ਬੰਦਾ ਮੇਰੇ ਨਾਲ ਜੁੜਿਆ ਹੋਇਆ ਆ ਜੀ ਉਹ ਗਲਤ ਆ ਉਹਦੇ ਖਿਲਾਫ ਸਟੋਰੀ ਹੈਗੀ ਆ ਮੈਂ ਸ਼ਾਪਾਂਗਾ ਟੁੱਟਦਾ ਟੁੱਟ ਜਾਏ ਬੁੱਟਾ ਜੀ ਤੁਸੀਂ 3 ਸਾਲ ਤੋਂ ਖੁਆਰ ਸ਼ਾਪ ਰਹੇ ਹੋ ਤੁਹਾਡਾ ਮੇਰੇ ਖਿਆਲ ਚ ਪਹਿਲਾਂ ਮੋਡੇਸਟੋ ਸ਼ਾਇਦ ਪ੍ਰੋਗਰਾਮ ਹੋਇਆ ਸੀਗਾ ਹੁਣ ਟਰੈਸੀ ਚ ਹੋ ਰਿਹਾ ਹੈ ਇਹਦੇ ਵਿੱਚ ਜਿਹੜਾ ਉਹ ਲੋਕ ਜਿਹੜੇ ਇੱਥੋਂ ਦੇ ਅਮਰੀਕਨ মিডিਆ ਨਾਲ ਰਿਲੇਟਡ ਨੇ ਜਾਂ ਪ੍ਰਸ਼ਾਸਨਿਕ ਅਧਿਕਾਰੀ ਨੇ ਮੇਅਰ ਜਾਂ ਕੌਂਸਲਮੈਨ ਜਾਂ ਜੋ ਵੀ ਹੈ ਉਹ ਕੀ ਉਹ ਥੋੜੇ ਫੰਕਸ਼ਨ ਚ ਆਉਂਦੇ ਨੇ ਜਾਂ ਆਰ ਐਨ ਐ ਤਾਂ ਫਿਰ ਕੌਣ ਕੌਣ ਆ ਰਿਹਾ ਹੈ ਮੈਂ ਮੋਡੇਸਟੋ ਸਿਟੀ ਦੇ ਮੇਅਰ ਨੂੰ ਇਨਵਾਈਟ ਕੀਤਾ ਹੈ ਪਿਛਲੇ ਸਾਲ ਵੀ ਕੀਤਾ ਸੀ ਉਹ ਆਈ ਸੀ ਅਸੈਂਬਲੀ ਮੈਂ ਗਰੇ ਐਲਮ ਗਰੇ ਦੀ ਆਫਸ ਨੂੰ ਇਨਵਾਈਟ ਕੀਤਾ ਹੈ ਤੇ 시ਟੀ ਕਾਉਂਸਲਰ ਇਨਵਾਈਟ ਕੀਤੇ ਆ ਪਿਛਲੇ ਸਾਲ ਸਾਰੇ ਹੀ ਆਏ ਸੀ ਹਮ ਇੱਥੇ ਵੀ ਹੋਣਗੇ ਇੰਡੀਅਨ ਕਾਉਂਸਲ ਜਨਰਲ ਇਨਵਾਈਟ ਕੀਤਾ ਆ ਉਹ ਵੀ ਆਉਣਗੇ ਸੋ ਲੋਕਲ ਜਿਹੜਾ ਅਮਰੀਕਨ ਮੀਡੀਆ ਜਾਂ ਅਮਰੀਕਨ ਪ੍ਰਸ਼ਾਸਨ ਹੈ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਪੰਜਾਬੀ ਕੌਣ ਨੇ ਪੰਜਾਬੀ ਕੀ ਕਰਦੇ ਨੇ ਤਾਂ ਕਿ ਜਿਹੜਾ ਸਾਡੇ ਤੇ ਆਹ ਅਟੈਕਸ ਵਗੈਰਾ ਵੀ ਹੁੰਦੇ ਨੇ ਮੁਸਲਮਾਨ ਸਮਝ ਕੇ ਉਹਨਾਂ ਨੂੰ ਵੀ ਠੱਲ ਪੈਂਦੀ ਆ ਤਾਂ ਜਦੋਂ ਅਸੀਂ ਲੋਕੀ ਗੋਰਿਆਂ ਵਿੱਚ ਜਾ ਕੇ ਆਪਣੇ ਆਪ ਨੂੰ ਪ੍ਰੈਜੈਂਟ ਕਰਦੇ ਆ ਹਾਂ ਵੈਰੀ ਗੁੱਡ ਇਹਦਾ ਮਤਲਬ ਹੈਗਾ ਕਿ ਤੁਹਾਡੇ ਫੰਕਸ਼ਨ 'ਚ ਉਹ ਸਾਰਾ ਕੁਝ ਹੋਏਗਾ ਜਿਹੜਾ ਅਮਰੀਕਨਾਂ ਤੇ ਪੰਜਾਬੀਆਂ ਦੀ ਸਾਂਝ ਨੂੰ ਅੱਗੇ ਹੋਰ ਗੂੜੀ ਕਰ ਸਕਦਾ ਕੋਈ ਕਲਚਰਲ ਕੰਮ ਕੋਈ ਨਾ ਕੋਈ ਸਭਿਆਚਾਰਕ ਕੀ ਕੀ ਸੱਚਿਆਂ ਦੇ ਪ੍ਰੋਗਰਾਮ ਨਹੀਂ ਸਿੰਗਰ ਵੀ ਹੋਣਗੇ ਫੂਡ ਹੋਏਗਾ ਸਪੀਚਸ ਹੋਣਗੀਆਂ ਮਤਲਬ ਤੁਸੀਂ ਪਿਛਲੇ ਸਾਲ ਵੀ ਦੇਖਿਆ ਸੀ ਹਰ ਸਾਲ ਕੋਸ਼ਿਸ਼ ਕਰ ਰਹੇ ਆ ਵਧੀਆ ਕੀਤਾ ਜਾਵੇ ਹਾਂ ਏ ਜੇ ਬੁਟਾ ਜੀ ਤੁਸੀਂ ਕਹਣਾ ਹੋਵੇ ਕਿ ਮੈਂ ਅਗਲੇ ਸਾਲਾਂ ਚ ਸਾਂਜੀ ਸੋਚ ਨੂੰ ਹੋਰ ਨਖਾਰਨ ਤੇ ਸ਼ਿੰਗਾਰਨ ਲਈ ਆ ਕਰਨਾ ਚਾਹੁੰਦਾ ਕੋਈ ਐਸੀ ਬੇਵੰਤਮੰਦੀ ਸਾਡੇ ਦਰਸ਼ਕਾਂ ਨਾਲ ਸਾਂਝੀ ਕਰਨੀ ਜਾਓਗੇ 30 ਜਨਵਰੀ ਨੂੰ ਜਿਸ ਦਿਨ ਸਾਂਜੀ ਸੋਚ ਦਾ ਫੰਕਸ਼ਨ ਆ ਉਸ ਦਿਨ ਅਸੀਂ ਆਨਲਾਈਨ ਸਾਂਜੀ ਸੋਚ ਰੇਡੀਓ ਚਾਲੂ ਕਰ ਰਹੇ ਹਾਂ ਲਾਂਚ ਕਰ ਰਹੇ ਹਾਂ ਉਸ ਦਿਨ ਠੀਕ ਹੈ ਉਹ 24 ਘੰਟੇ ਚੱਲਿਆ ਕਰੇਗਾ ਤੇ ਉਹਦਾ ਸਾਰਾ ਜਿਹੜਾ ਕੰਟਰੋਲ ਆ ਇੰਡੀਆ ਤੋਂ ਹੋਏਗਾ ਲਾਈਵ 24 ਘੰਟੇ ਮਤਲਬ ਨਹੀਂ ਹੋਏਗਾ ਪਰ ਉਹ ਲਾਈਵ ਇੰਟਰਵਿਊ ਵਗੈਰਾ ਕਰਨ ਗਿਆ ਤੇ ਨਾਲ ਅਖਬਾਰ ਦੇ ਨਾਲ ਰੇਡੀਓ ਜੋੜ ਰਹੇ ਹਾਂ ਤਾਂ ਕਿ ਲੋਕੀ ਟੈਲੀਫੋਨ ਤੇ ਫੋਨ ਕਰਕੇ ਐਪ ਡਾਊਨਲੋਡ ਕਰਕੇ ਵੈਬਸਾਈਟ ਤੇ ਜਾ ਕੇ ਨਾਲ-ਨਾਲ ਡੇਲੀ ਅਪਡੇਟ ਹੋ ਸਕਣਗੇ ਬੁੱਤਾ ਜੀ ਇੱਕ ਤੁਸੀਂ ਕਹਿੰਦੇ ਮੈਂ ਸੱਚ ਬੋਲਦਾ ਪਰ ਸੱਚ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਐਸੀ ਕੋਈ ਘਟਨਾ ਜਿਹੜੀ ਪਿਛਲੇ 3 ਸਾਲਾਂ ਚ ਤੁਹਾਡੇ ਨਾਲ ਅਖਬਾਰ ਕਰਕੇ ਵਾਪਰੀ ਹੋਵੇ ਜਿਹੜੀ ਸਵਾਦਲੀ ਬਹੁਤ ਹੋਵੇ ਤੇ ਦੂਜੀ ਜਿਹੜੀ ਕੌੜੀ ਬਹੁਤ ਹੋਵੇ ਕੋਈ ਦੱਸੋਗੇ ਸਪੈਸਿਫਿਕਲੀ ਮੈਂ ਕਿਸਦਾ ਨਾਮ ਹੀ ਲਾਵਾਂਗਾ ਬਟ ਇੱਕ ਮੇਰੇ ਕੋਲ ਖਬਰ ਆਈ ਸੀਗੀ ਤੇ ਜਿਹੜੀ ਉਹ ਬੰਦੇ ਦਾ ਕਿਹੜਾ ਲੋਕਾਂ ਸਾਹਮਣੇ ਹੋਰ ਸੀ ਅੰਦਰੂਨੀ ਹੋਰ ਸੀ ਮੈਂ ਚਾਰ ਪੰਜ ਮਹੀਨੇ ਪਹਿਲਾਂ ਫਰੰਟ ਪੇਜ ਤੇ ਛਾਪੀ ਆ ਖਬਰ ਉਹ ਖਬਰ ਛਾਪ ਕੇ ਮੈਨੂੰ ਆਪਣੇ ਆਪ ਨੂੰ ਤਸੱਲੀ ਬਹੁਤ ਹੋਈ ਇਹ ਲੋਕ ਜਿਹੜੇ ਲੋਕਾਂ ਨੂੰ ਗਮਰਾਹ ਕਰਦੇ ਨੇ ਠੀਕ ਹੈ ਤੇ ਹੁਣ ਜਦੋਂ ਦੋ ਫੋਟੋਆਂ ਉਹਦੀਆਂ ਜੋੜ ਕੇ ਲਾਈਆਂ ਇੱਕ ਪਾਸੇ ਉਹ ਕੁਸ਼ ਹੋ ਰਿਹਾ ਤੇ ਇੱਕ ਪਾਸੇ ਹੋਰ ਉਹਦਾ ਸਵਾਦ ਹੀ ਵੱਖਰਾ ਸੀ ਅੱਛਾ ਪਰ ਉਹ ਬੰਦੇ ਨੂੰ ਜਦੋਂ ਲਾਤੀ ਉਦੋਂ ਬਾਅਦ ਮੈਨੂੰ ਧਮਕੀਆਂ ਵੀ ਆਈਆਂ ਫੋਨ ਵੀ ਆਏ ਗਾਲਾਂ ਗਾਲਾਂ ਗੋਲਾਂ ਕੱਢੀਆਂ ਸੋ ਮੈਨੂੰ ਇਹਨਾਂ ਗੱਲਾਂ ਦਾ ਫਰਕ ਨਹੀਂ ਪਿਆ ਪਰ ਮੇਰੇ ਆਪਣੇ ਮਨ ਨੂੰ ਤਸੱਲੀ ਹੋ ਗਈ ਕਿ ਉਹ ਲੋਕਾਂ ਨੂੰ ਉਹਦਾ ਅਸਲੀ ਚਿਹਰਾ ਦਿਖਾਇਆ ਇਹ ਤਾਂ ਹੋਇਆ ਕਿ ਤੁਹਾਨੂੰ ਤੁਸੀ ਅੰਦਰੋਂ ਖੁਸ਼ ਹੋ ਗਏ ਕਿ ਮੈਂ ਆਪਣੀ ਮਨ ਦੀ ਜ਼ਿੰਮੇਵਾਰੀ ਨਿਭਾਈ ਹੈ ਕੀ ਐਸੀ ਜ਼ਿੰਮੇਵਾਰੀ ਨਿਭਾਉਂਦੇ ਆ ਕੋਈ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਜਿਹੜੀ ਨਾ ਭੁੱਲਣਯੋਗ ਘਟਨਾ ਹੋਵੇ ਕੋੜੀ ਯਾਦ ਜਿਹੜੀ ਅਖਬਾਰ ਨਾਲ ਜੁੜੀ ਹੋਵੇ ਉਹ ਕੀ ਆ ਨਾ ਭੁੱਲਣਯੋਗ ਤਾਂ ਜਿਹੜੀ ਆ ਹਮਰੇ ਤੇ ਅਟੈਕ ਹੋਇਆ ਇਹੀ ਕਾ ਸਾਰੇ ਹਾਲ ਦੀ ਘੜੀ ਇਸ ਤੋਂ ਵਰਸ ਹੈਪਨ ਕੋਈ ਹੋ ਨਹੀਂ ਸਕਦਾ ਕਿ ਘਰ ਆ ਕੇ ਤੁਹਾਡੇ ਆਪਣੇ ਘਰ ਅਟੈਕ ਕਰ ਦੇਵੇ ਕੋਈ ਏਦੋਂ ਮਤਲਬ ਹੋਇਆ ਵੀ ਅਖਬਾਰ ਕਰਕੇ ਹੀ ਸਾਚ ਲਿਖਿਆ ਸੀ ਤੇ ਉਹਨਾਂ ਨੂੰ ਤਕਲੀਫ ਹੋਈ ਸਾਚ ਦੀ ਪਰ ਬੈਸਿਕਲੀ ਮੈਂ ਉਹਨਾਂ ਨੂੰ ਕਸੂਰवार ਵੀ ਨਹੀਂ ਕਹਿੰਦਾ ਕਿਉਂਕਿ ਜਦੋਂ ਮੈਂ ਕੋਈ ਚੁੰਡੀ ਵੱਡਾਂਗਾ ਚੀਕ ਤੇ ਅਗਲਾ ਮਾਰੇਗਾ ਹੀ ਸੋ ਉਹਨਾਂ ਨੇ ਚੀਕ ਮਾਰੀ ਆ ਹੁਣ ਉਹਦਾ ਜਿਹੜਾ ਹਰਜਾਨਾ ਆ ਉਹ ਹੁਣ ਉਹ ਪੁਲਿਸ ਦੇ ਨਾਲ ਆਪੀ ਪੋਥ ਲੰਗੇ ਪਹਿਲਾਂ ਬੂਟਾ ਸਿੰਘ 바ਸੀ ਜਾਂ ਬੂਟਾ 바ਸੀ ਸੀ ਅਖਬਾਰ ਤੋਂ ਉਸ ਬਾਅਦ ਬੂਟਾ ਬਾਸੀ ਸੰਪਾਦਕ ਬਣ ਗਿਆ ਤੁਹਾਨੂੰ ਕੀ ਲੱਗਦਾ ਕਿ ਹੁਣ ਬੂਟਾ ਕੀ ਹੈ ਤੇ ਪਹਿਲਾਂ ਕੀ ਨਹੀਂ ਸੀ ਹਾਂ ਜੀ ਮੈਂ ਸਹੀ ਦੱਸਾਂ ਮੈਂ ਕਹਿੰਦਾ ਹੁਣ ਜੋ ਮੈਂ ਕਰ ਰਿਹਾ ਬਹੁਤ ਸਹੀ ਕਰ ਰਿਹਾ ਪਹਿਲਾਂ ਜ਼ਿੰਦਗੀ ਵਿੱਚ ਪੁੱਠੇ ਸਿੱਧੇ ਕੰਮ ਫੇਰੇ ਕੀਤੇ ਆ ਅੱਛਾ ਇਹਦੀ ਗੱਲ ਹੈ ਠੀਕ ਆ ਇਹ ਤਾਂ ਹੈ ਨਹੀਂ ਮੈਂ ਵੀ ਦੇਵਤਾ ਦੇਵਤਾ ਆ ਇਨਸਾਨ ਹੀ ਆ ਤੇ ਪਰ ਹੁਣ ਮੇਰੇ ਹਿਸਾਬ ਨਾਲ ਮੈਂ ਆਪਣੇ ਟਰੈਕ ਤੇ ਸਹੀ ਚੱਲ ਰਿਹਾ ਹਾਂ ਬੁਢਾ ਜੀ ਦੋਸਤ ਵਾਲੇ ਇੱਕ ਪਹਿਲਾ ਸਵਾਰੀ ਹੈ ਕਿ ਤੁਸੀਂ ਪੰਜਾਬੀ ਦੇ ਪ੍ਰਿੰਟ মিডিਏ ਨੂੰ ਐਸੇ ਕਿਹੜੇ ਸੁਝਾਅ ਦੇਣੇ ਚਾਹੁੰਦੇ ਹੋ ਕਿ ਅਖਬਾਰਾਂ ਦਾ ਲੈਵਲ ਤੇ ਪੰਜਾਬੀ ਸਾਇਤ ਸੱਭਿਆਚਾਰ ਜਾਂ ਪੰਜਾਬੀਆਂ ਦੀਆਂ ਐਕਟੀਵਿਟੀਆਂ ਪੰਜਾਬੀ ਦਾ ਮਨੋਵਲ ਜਿਹੜਾ ਪੰਜਾਬੀ ਜੁਬਾਨ ਦੀ ਗੱਲ ਜਿਹੜੀ ਹੈ ਹੋਰ ਚੰਗੀ ਤਰ੍ਹਾਂ ਹੋ ਸਕੇ ਇੱਕ ਮੇਰੀ ਸਾਰੇ ਸੰਪਾਦਕਾਂ ਨੂੰ ਬੇਨਤੀ ਆ ਕਿ ਅਖਬਾਰ ਪਮੇੰਦਾ 10000 ਜਾਂ 15000 ਛਾਪਣ ਨਾਲੋਂ 19 ਛਾਪੋ ਜਿੰਨੀ ਤੁਹਾਡੀ ਅਖਬਾਰ ਲੋਕਾਂ ਤੱਕ ਪਹੁੰਚਦੀ ਆ ਜਦੋਂ ਅਖਬਾਰ ਸਟੋਰਾਂ ਤੇ ਰੋਲਣਾ ਪੈਂਦੀ ਆ ਨਾ ਅਸੀਂ ਇੱਕ ਤਾਂ ਆਪਣੀ ਬੇਇੱਜ਼ਤੀ ਕਰਾਉਂਦੇ ਆ ਇੱਕ ਅਸੀਂ ਪੰਜਾਬੀ ਜਿਹੜੇ ਸ਼ਬਦਾਂ ਸ਼ਬਦਾਵਲੀ ਆ ਉਹਦੀ ਬੇਇੱਜ਼ਤੀ ਕਰਾਉਣੀ ਆ ਦੂਸਰੀ ਮੇਰੀ ਬੇਨਤੀ ਐਡਵਰਟਾਈਜ਼ਰਾਂ ਨੂੰ ਵੀ ਆ ਤੇ ਲੋਕ ਜਿਹੜੇ ਐਡ ਦਿੰਦੇ ਨੇ ਉਹਨਾਂ ਨੂੰ ਵੀ ਆ ਵੀ ਕਈ ਵਾਰੀ ਸਾਨੂੰ ਫੋਨ ਕਰਕੇ ਕਹਿੰਦੇ ਵੀ ਗੁਰੂਆਂ ਦੀ ਫੋਟੋ ਲਾ ਦਿਓ ਪੰਕਤੀ ਲਾ ਦਿਓ ਸਾਡੀ ਐਡ ਲਾ ਦਿਓ ਗੁਰੂਆਂ ਦੀ ਫੋਟੋ ਕਰਵਾਣੀ ਦੀ ਪੰਕਤੀ ਬਿਲਕੁਲ ਨਾ ਖਵਾ ਨਖਦਾਈ ਜਾਵੇ ਉਹ ਜੀ ਟੀ ਇਸ ਇਨਰਾਂ ਵਿੱਚ ਤਾਂ دریا ਵਿੱਚ ਤੈਰ ਨਹੀਂ ਸਕਦੇ ਉਹ ਗਰਬੇਜ ਵਿੱਚ ਜਾਂਦੀ ਆ ਸਟੋਰਾਂ ਵਾਲੇ ਸੁੱਟ ਦਿੰਦੇ ਆ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਅਵੋਇਡ ਕਰਨਾ ਚਾਹੀਦਾ ਹੈ ਬੁਢਾ ਜੀ ਲਾਸਟ ਸਵਾਲ ਕਿ ਤੁਸੀਂ ਕੋਈ ਐਸੀ ਗੱਲ ਕਹਿਣੀ ਚਾਹੋ ਜਿਹੜੀ ਮੇਰੇ ਤੋਂ ਪੁੱਛੀ ਨਾ ਗਈ ਹੋਵੇ ਜ ਜਤੀ ਤਰੀਕ ਦੇ ਜਿਹੜਾ ਫੰਕਸ਼ਨ ਤੁਹਾਡਾ ਟ੍ਰੇਸੀ ਚ ਹੋ ਰਿਹਾ ਤੀਜੀ ਬਰੇਗਾਂ ਤੇ ਸਾਰੇ ਦਰਸ਼ਕਾਂ ਨੂੰ ਓਪਨ ਬੇਨਤੀ ਆ ਵੀ ਜਿਹੜਾ ਫੰਕਸ਼ਨ ਹੈਗਾ ਸਾਰਿਆਂ ਦਾ ਸਾਂਝਾ ਫੰਕਸ਼ਨ ਆ 30 ਜਨਵਰੀ 2016 ਦਿਨ ਸ਼ਨੀਵਾਰ ਸ਼ਾਮ ਨੂੰ 5 ਵਜੇ ਤੋਂ ਲੈ ਕੇ 8 ਵਜੇ ਸੰਸਾਰ ਇੰਡੀਅਨ ਰੈਸਟੋਰੈਂਟ ਜਿਹੜਾ ਟ੍ਰੇਸੀ ਦੇ ਵਿੱਚ ਆ 430 ਵੈਸਟ ਗ੍ਰੀਨ ਰੋਡ ਟ੍ਰੇਸੀ ਕੈਲੀਫੋਰਨੀਆ ਸਾਰੇ ਪਹੁੰਚੋ ਤੇ ਮੇਰਾ ਨੰਬਰ ਹੈਗਾ 209 303 1260 ਜੇ ਕਿਸੇ ਨੇ ਮੈਨੂੰ ਕੰਟੈਕਟ ਕਰਨਾ ਹੈ ਇਹਦੇ ਬਾਰੇ ਹੋਰ ਜਾਣਕਾਰੀ ਲੈਣੀ ਹੈ ਮੈਨੂੰ ਕਾਲ ਕਰ ਸਕਦੇ ਆਂ ਵੀ ਹੱਥ ਜੋੜ ਕੇ ਬੇਨਤੀ ਆ ਸਾਰੇ ਜਣੇ ਆਓ ਤੇ ਅਖਬਾਰ ਨੂੰ ਸਪੋਰਟ ਕਰਵਾਓ ਅ ਸੋ ਅਸੀਂ ਗੱਲ ਕਰ ਰਹੀ ਸੀ ਬੂਟਾਬਾਸੀ ਉਹਨਾਂ ਨਾਲ ਜਿਹੜੇ ਸੰਪਾਦਕ ਨੇ ਸਾਂਝੀ ਸੋਚ ਅਖਬਾਰ ਦੇ ਪੰਜਾਬੀਆਂ ਬਾਰੇ ਇੱਕ 17 ਬੜੀਆਂ ਕਾਬਲੇ ਗੌਰ ਨੇ ਇਹ ਚੰਗੀਆਂ ਜਮੰਦਿਆਂ ਜ਼ਮਾਨੇ ਨਾਲੋਂ ਚੰਗੀਆਂ ਪਰ ਪਾਤੀਆਂ ਨੇ ਪੜਾਂ ਜਨਰਾਹਾਂ ਵਿੱਚੋਂ ਲੰਘੀਆਂ ਬਹੁਤ ਸਾਰੀਆਂ ਕੁਵਾਰਾਂ ਕੈਲੀਫੋਰਨੀਆ ਤੋਂ ਛੱਪ ਰਹੀਆਂ ਨੇ ਉਹਨਾਂ 'ਚ ਇੱਕ ਸਰਚਤ ਕੁਵਾਰ ਬੂਟਾਬਾਸੀ ਹਰਾਂ ਦੀ ਸਾਜੀ ਸੋਚ ਵੀ ਹੈ ਸੋ 30 ਤਰੀਕ ਦੇ ਉਹਨਾਂ ਦੇ ਸਮਾਗਮ 'ਚ ਤੁਹਾਨੂੰ ਵੀ ਸ਼ਾਮਲ ਹੋਣ ਲਈ ਉਹਨਾਂ ਨੇ ਬੇਨਤੀ ਕੀਤੀ ਹੈ ਸੋ ਕਦੀ ਫਿਰ ਮੌਕਾ ਮਿਲਿਆ মিডিਏ ਬਾਰੇ ਬੂਟਾਬਾਸੀ ਉਹਨਾਂ ਨਾਲ ਗੱਲ ਕਰਾਂਗੇ ਇੱਥੇ ਹੀ ਐਸੇ ਸ਼ੋਅ ਪਰਾਂ ਨੂੰ ਇਜ਼ਾਜ਼ਤ ਦਿਓ ਬਹੁਤ-ਬਹੁਤ ਮਿਹਰਮਾਨੀ ਬੂਟਾਬਾਸੀ ਤੁਹਾਡੀ ਵੀ